ਤੁਹਾਨੂੰ ਦੁਨੀਆ ਦੇ ਵਿੱਚ ਐਸੇ ਬਹੁਤ ਸਾਰੇ ਮਨੁੱਖ ਟੱਕਰੇ ਹੋਣਗੇ ਜਿਹੜੇ ਨਾ ਬਾਹਰੋਂ ਦੀ ਵੇਖਣ ਨੂੰ ਧਰਮੀ ਲੱਗਦੇ ਨੇ ਪਰ ਜੇਕਰ ਕੁਝ ਲੰਬਾ ਸਮਾਂ ਤੁਸੀਂ ਉਹਨਾਂ ਦੇ ਨਾਲ ਰਹਿ ਕੇ ਵੇਖੋ ਉਹ ਅੰਦਰੋਂ ਦੀ ਧਰਮੀ ਹੁੰਦੇ ਨਹੀਂ ਬਾਹਰੋਂ ਦੀ ਪਹਿਰਾਵਾ ਜਿਹੜਾ ਹੈ ਉਹ ਧਰਮੀਆਂ ਵਾਲਾ ਹੈ ਜਿਸ ਨੂੰ ਕਿਹਾ ਜਾਂਦਾ ਹੈ ਕਿ ਇਹ ਧਰਮ ਦਾ ਪਹਿਰਾਵਾ ਹੈ ਬਾਹਰੋਂ ਦੀ ਉਦਾਂ ਦਾ ਪਹਿਰਾਵਾ ਪਾਇਆ ਹੋਇਆ ਹੈ ਬਾਹਰੋਂ ਦੀ ਕੁਝ ਕੁ ਚਿੰਨ੍ਹ ਨੇ ਜਿਹੜੇ ਉਹ ਵੀ ਧਾਰਨ ਕੀਤੇ ਹੋਏ ਨੇ ਕਿ ਦੁਨੀਆ ਦੇ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਅਸੀਂ ਬਹੁਤ ਵੱਡੇ ਧਰਮੀ ਹੈਗੇ ਹਾਂ ਬਾਹਰੋਂ ਦੀ ਦਿੱਖ ਹੈ ਬਾਹਰੋਂ ਦੀ ਪਹਿਰਾਵਾ ਹੈ ਪਰ ਬੰਦਾ ਨਾ ਅੰਦਰੋਂ ਦੀ ਅਸਲ ਦੇ ਵਿੱਚ ਧਰਮੀ ਹੈ ਨਹੀਂ ਕਿਉਂਕਿ ਧਰਮੀ ਹੋਣਾ ਕੇਵਲ ਕੁਝ ਚਿੰਨ੍ਹ ਧਾਰਨ ਕਰ ਲਏ ਜਾਂ ਕੋਈ ਖਾਸ ਤਰ੍ਹਾਂ ਦਾ ਪਹਿਰਾਵਾ ਪਾ ਲਿਆ ਇਸ ਨੂੰ ਧਰਮੀ ਹੋਣਾ ਗੁਰਬਾਣੀ ਨੇ ਨਹੀਂ ਆਖਿਆ ਅੱਗੇ ਵੀ ਮੈਂ ਇਹ ਗੱਲ ਸਾਂਝੀ ਕੀਤੀ ਸੀ ਜਦੋਂ ਤੁਸੀਂ ਗੁਰਬਾਣੀ ਤੋਂ ਧਰਮ ਦੀ ਡੈਫੀਨੇਸ਼ਨ ਪੜ੍ਹਦੇ ਹੋ ਤਾਂ ਗੁਰਬਾਣੀ ਨੇ ਆਖਿਆ ਏਕੋ ਧਰਮ ਦ੍ਰਿੜ ਹੈ ਸੱਚ ਕੋਈ ਕਹਿੰਦੇ ਧਰਮ ਪਤਾ ਕੀ ਹੁੰਦਾ ਸੱਚ ਸੱਚ ਨੂੰ ਦ੍ਰਿੜ ਕਰਨ ਵਾਲਾ ਅਸਲ ਦੇ ਵਿੱਚ ਧਰਮੀ ਹੈ ਜਾਂ ਗੁਰਬਾਣੀ ਦੇ ਵਿੱਚ ਇਹ ਵਾਕ ਵੀ ਆਏ ਨੇ ਸਰਬ ਧਰਮ ਮਹਿ ਸ਼੍ਰੇਸ਼ਟ ਧਰਮ ਸਾਰੇ ਧਰਮਾਂ ਦੇ ਵਿੱਚੋਂ ਸ਼੍ਰੇਸ਼ਟ ਧਰਮ ਪਤਾ ਕੀ ਹੈ ਪਹਿਲੇ ਨੰਬਰ ਦਾ ਧਰਮ ਪਤਾ ਕੀ ਹੈ ਅੱਗੇ ਜਵਾਬ ਦਿੰਦੇ ਨੇ ਹਰ ਕੋ ਨਾਮ ਜਪ ਨਿਰਮਲ ਕਰਮ ਚੰਗੇ ਗੁਣਾਂ ਨੂੰ ਜੀਵਨ ਵਿੱਚ ਕਮਾਉਣਾ ਸਤ ਸੰਤੋਖ ਦਇਆ ਧੀਰਜ ਇਮਾਨਦਾਰੀ ਉੱਦਮ ਨਿਮਰਤਾ ਆਦਿਕ ਜਿਹੜੇ ਗੁਣ ਨੇ ਇਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਕਮਾ ਕੇ ਇਹਨਾਂ ਗੁਣਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਤੋਰਨਾ ਅਤੇ ਨਿਰਮਲ ਕਰਮ ਕਰਨੇ ਕਿਉਂਕਿ ਜਿਸ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਅੰਦਰ ਚੰਗੇ ਗੁਣ ਅਪਣਾ ਲਏ ਉਹ ਆਟੋਮੈਟਿਕਲੀ ਨਿਰਮਲ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ ਨਿਰਮਲ ਦਾ ਅਰਥ ਹੁੰਦਾ ਮੈਲ ਤੋਂ ਰਹਿਤ ਉਹਦੇ ਜਿਹੜੇ ਕਰਮ ਨੇ ਉਹਦੇ ਜਿਹੜੇ ਕੰਮ ਨੇ ਉਹ ਮੈਲ ਤੋਂ ਰਹਿਤ ਹੋ ਜਾਂਦੇ ਨੇ ਭਾਵ ਉਹਨਾਂ ਕੰਮਾਂ ਦੇ ਵਿੱਚ ਫਿਰ ਵਿਕਾਰਾਂ ਦੀ ਮੈਲ ਜਿਹੜੀ ਹੈ ਉਹ ਨਹੀਂ ਹੁੰਦੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਭੈੜੇ ਪ੍ਰਭਾਵ ਦੀ ਜੋ ਮੈਲ ਹੈ ਨਾ ਉਹਨਾਂ ਦੇ ਕੰਮਾਂ ਦੇ ਵਿੱਚ ਨਹੀਂ ਹੁੰਦੀ ਉਹਨਾਂ ਦੇ ਕੰਮਾਂ ਦੇ ਵਿੱਚ ਫਿਰ ਲਾਲਚ ਨਹੀਂ ਹੋਏਗਾ ਉਹ ਕੰਮ ਕਰਨਗੇ ਅਤੇ ਇਮਾਨਦਾਰੀ ਦੇ ਨਾਲ ਕਰਨਗੇ ਉੱਥੇ ਕਿਸੇ ਨਾਲ ਧੋਖਾ ਨਹੀਂ ਕਰਨਗੇ ਕਿਸੇ ਨਾਲ ਠੱਗੀ ਨਹੀਂ ਮਾਰਨਗੇ ਬੇਈਮਾਨੀ ਨਹੀਂ ਕਰਨਗੇ ਈਰਖਾ ਨਹੀਂ ਕਰਨਗੇ ਸਾੜਾ ਨਹੀਂ ਕਰਨਗੇ ਕੰਮ ਜਿਹੜੇ ਨੇ ਨਾ ਉਹਨਾਂ ਦੇ ਨਿਰਮਲ ਹੋ ਜਾਣਗੇ ਅਤੇ ਕੰਮ ਦਾ ਅਰਥ ਕੇਵਲ ਇਹੀ ਨਾ ਲੈ ਲਿਓ ਕਿ ਦਫ਼ਤਰ ਦੇ ਵਿੱਚ ਜਾ ਕੇ ਕਿਤੇ ਬਹਿ ਕੇ ਕੰਮ ਕਰਨਾ ਕੇਵਲ ਇਹ ਨਹੀਂ ਹੈ ਠੀਕ ਹੈ ਇੱਕ ਕੰਮ ਇਹ ਵੀ ਹੈਗਾ ਏ ਕਿ ਦਫ਼ਤਰ ਵਿੱਚ ਜਾ ਕੇ ਕੰਮ ਕਾਜ ਕਰਨਾ ਆਪਣਾ ਪਰ ਇੱਥੇ ਕੰਮ ਦਾ ਅਰਥ ਹੈ ਜ਼ਿੰਦਗੀ ਦਾ ਇਕੱਲਾ ਇਕੱਲਾ ਕੰਮ ਜੋ ਜੋ ਵੀ ਬੰਦਾ ਸਾਰੇ ਦਿਨ ਦੇ ਵਿੱਚ ਕਰਦਾ ਹੈ ਨਾ ਉਸ ਨੂੰ ਕਿਹਾ ਗਿਆ ਹੈ ਵੀ ਤੇਰੇ ਕਰਮ ਜਿਹੜੇ ਨੇ ਤੇਰੇ ਕੰਮ ਜਿਹੜੇ ਨੇ ਉਹ ਨਿਰਮਲ ਹੋ ਜਾਣਗੇ ਉਹ ਮੈਲ ਤੋਂ ਰਹਿਤ ਹੋ ਜਾਣਗੇ ਉਹਨਾਂ ਦੇ ਵਿੱਚ ਵਿਕਾਰਾਂ ਦਾ ਭੈੜਾ ਪ੍ਰਭਾਵ ਜਿਹੜਾ ਉਹ ਨਹੀਂ ਹੋਵੇਗਾ ਜਿਸ ਮਨੁੱਖ ਨੂੰ ਇਹ ਧਰਮ ਸਮਝ ਆ ਜਾਂਦਾ ਨਾ ਗੁਣਾਂ ਵਾਲਾ ਧਰਮ ਕਿ ਗੁਣਾਂ ਨੂੰ ਜੀਵਨ 'ਚ ਕਮਾਉਣਾ ਨਿਰਮਲ ਕਰਮ ਕਰਨੇ ਨੇ ਇਹ ਧਰਮ ਹੈ ਅਤੇ ਜਿਹੜਾ ਬੰਦਾ ਇਹ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ ਗੁਣਾਂ ਨੂੰ ਜੀਵਨ 'ਚ ਕਮਾ ਲੈਂਦਾ ਹੈ ਅਤੇ ਮੈਲ ਤੋਂ ਰਹਿਤ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਗੁਰਬਾਣੀ ਕਹਿੰਦੀ ਇਹ ਅਸਲ ਦੇ ਵਿੱਚ ਧਰਮੀ ਹੈ ਫਿਰ ਬਾਹਰੋਂ ਦੀ ਭਾਵੇਂ ਉਹਨੇ ਜਿੱਦਾਂ ਦਾ ਮਰਜ਼ੀ ਪਹਿਰਾਵਾ ਪਾਇਆ ਹੋਵੇ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਪਾਇਆ ਹੋਵੇ ਠੀਕ ਹੈ ਨਾ ਭਾਵੇਂ ਬਾਹਰੋਂ ਦੀ ਚੋਲਾ ਹੀ ਕਿਉਂ ਨਾ ਪਾਇਆ ਹੋਵੇ ਪੈਂਟ ਕਮੀਜ਼ ਕਿਉਂ ਨਾ ਪਾਈ ਹੋਵੇ ਜਿੱਦਾਂ ਦਾ ਮਰਜ਼ੀ ਪਹਿਰਾਵਾ ਹੋ ਸਕਦਾ ਕੋਟ ਪੈਂਟ ਹੋ ਸਕਦਾ ਕੁੜਤਾ ਪਜਾਮਾ ਹੋ ਸਕਦਾ ਜਿੱਦਾਂ ਦਾ ਮਰਜ਼ੀ ਪਹਿਰਾਵਾ ਪਾਇਆ ਹੋਵੇ ਪਰ ਜੇ ਅੰਦਰ ਚੰਗੇ ਗੁਣ ਵਸੇ ਨੇ ਤਾਂ ਸਭ ਕੁਛ ਪ੍ਰਵਾਨ ਹੈ ਪਰ ਜੇ ਅੰਦਰ ਚੰਗੇ ਗੁਣ ਨਹੀਂ ਤਾਂ ਫਿਰ ਕੱਖ ਵੀ ਪ੍ਰਵਾਨ ਨਹੀਂ ਬਾਬਾ ਫਰੀਦ ਜੀ ਦਾ ਇੱਕ ਵਾਕ ਮੈਂ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਹੈ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਕੰਨ ਮੁਸੱਲਾ ਕੰਨ ਕਹਿੰਦੇ ਨੇ ਮੋਢੇ ਨੂੰ ਤੁਸੀਂ ਵੇਖਿਆ ਹੋਏਗਾ ਬਾਬਾ ਫਰੀਦ ਜੀ ਉਹਨਾਂ ਦਾ ਮੁਸਲਮਾਨ ਵੀਰਾਂ ਦੇ ਨਾਲ ਸੰਬੰਧ ਰਿਹਾ ਹੈ ਅਤੇ ਉਹਨਾਂ ਨੇ ਜਿਹੜੀ ਉਦਾਹਰਣ ਦਿੱਤੀ ਹੈ ਨਾ ਉਹ ਵੀ ਮੁਸਲਮਾਨ ਵੀਰਾਂ ਵਾਲੀ ਦਿੱਤੀ ਹੈ ਕਹਿੰਦੇ ਨੇ ਕੰਨ ਮੁਸੱਲਾ ਮੋਢੇ ਦੇ ਉੱਤੇ ਨਾ ਮੁਸੱਲਾ ਰੱਖਿਆ ਹੋਇਆ ਮੁਸੱਲਾ ਉਸ ਨੂੰ ਕਿਹਾ ਜਾਂਦਾ ਉਹ ਕੱਪੜਾ ਮੁਸੱਲਾ ਹੁੰਦਾ ਕਿ ਜਦੋਂ
मुसलमान वीरां ने नमाज़ पढ़नी हुंदी है ना, तो जिहड़ा कपड़ा वो थल्ले विछाउंदे ने नमाज़ पढ़न वेले उसनू कहा जाता है मुसल्ला, तो बाद विच उनू अपने मोढ़े दे उत्ते वो रख लेंदे ने, तो वह निशानी है कि बंदा वेखो जी पंज नमाज़ा अदा करन वाला है, ये बड़ा धर्मी है। हुण इत्थे उस मनुख की गल की है कि बाहरों धर्मी विखा रहा पर अंदरों नहीं है, बाहरों देख बनाई हुई है पर अंदरों नहीं है। कहिंदे ने फरीदा कन्न मुसल्ला, मोढ़े दे उत्ते मुसल्ला है, सूफ गल, तो गल भाव जिहड़े कपड़े उन्हें पाए हुए ने, जिहड़ा पहरावा है उहदा ना, वह हैगा सूफियां वाला, जिन्हों धार्मिक पहरावा आख्या जाता है। बाहरों की दिख जिहड़ी बनाई हुई है ना उसने, वो कुछ इस तरह की बनाई हुई है कि वेखो जी मैं किड्डा वड्डा धर्मी हाँ, तो जदों लोग उहदे वल वेखदे ने, लोग भी कहिंदे ने वेख के भी हाँ भी ये धर्मी है जी, वेखो इहदा पहरावा तो वेखो, वेखो इहदी ड्रैस तो वेखो, किद्दां इहने मुसल्ला रखिया होया अपने मोढ़ियां दे उत्ते, इहदे कपड़े वेखो। बहुती वार ना आम करके लोग जिहड़े ने वो किसी नूं कपड़े वेख के ही जज कर लैंदे ने कि इहने जी कुछ खास तरह का पहरावा पाया होया अपने तन दे उत्ते, इह धर्मी होवेगा, कपड़े वेख के तय कर लिया जाता है ना। ये ताइयों तो दुनिया के लोग जिहड़े ने वो लुटे जा रहे ने, किन्ने पखंडी ते फ्रॉड किस्म के बंदे वो भी आए साडे सामने, जिन्होंने पहरावे ते धार्मिक पाए, जिहड़े कहिंदे सी साडे पहरावे बड़े धार्मिक ने, ते वो धार्मिक पहरावे पाउण वाले, पर अंदर की सी उहनां दे, अंदर सच की विचार नहीं सी। तां बाबा जी नूं इत्थे कहना पिया फरीदा कन्न मुसल्ला सूफ गल, कहिंदे हे फरीद मोढ़े दे उत्ते मुसल्ला है ते सूफियां वाला पहरावा है, गल दे विच सूफियां वाला पहरावा पाया होया है, पर कहिंदे बंदे दा हाल पता की है, केवल इत्थे सूफियां वाले पहरावे की गल या मुसल्ले की गल नहीं है, पहरावा किसी भी तरह का हो सकता, किसी भी रंग का हो सकता। बस वह बंदा ये कह रहा होखो जी धार्मिक लिबास पाया जी फलाने ने, तो किसी भी तरह का हो सकता, नीला हो सकता, काला हो सकता, पीला हो सकता, हरा हो सकता, चिट्टा हो सकता। गल जी है ना इत्थे वह सबना की ही की जा रही है, किसी खास दे वल उंगल करके नहीं किया जा रहा, गल हर एक दे उत्ते ही ढुकती है, जिहड़ा भी कोई खास तरह का पहरावा पा के बैठा होया तो अपने आप नूं धर्मी अखवा रहा है, तो उहदी गल कर रहे ने। कहिंदे फरीदा कन्न मुसल्ला सूफ गल दिल काती, कहिंदे इहदे दिल दे विच पता की है, इहदे दिल दे विच काती है, काती दा अर्थ हुंदा है कैंची, दिल काती गुड़वात, तो जुबान तो जिहड़े है बोल बोलदा है ना वो तो हैगे ने गुड़ वर्गे मिठे, पर अंदर कैंची है। जुबान करके किसी नाल गल करेगा बंदा कहिंदा इहदे वर्गा तो कोई धर्मी नहीं हो सकता, जिन्नियां वधिया गल्लां ये कर लैंदा है इहदे वर्गा तो कोई दूजा कोई होना ही नहीं, पर बाबा जी कहिंदे अंदर उहदे कैंची है, अंदर उहदे ये ख्याल ने कि सामने वाले नूं किवें वड्या टुकिया जा सके, किवें इहनूं धर्म दे नां दे उत्ते बेवकूफ बना के इहनूं लुटिया जा सके, अंदर ये चीज़ है। ताइयों वहम भरम कर्मकांड इन्हां दे विच दुनिया दे लोकां नूं फसाया जांदा है, उत्तों मिठे मिठे बोल बोले जांदे ने पर अंदर कैंची हुंदी है ना, अंदरों तो ये विचार है कि सामने वाली की जेब दे विच किन्ने क पैसे पाए ने ते किन्ने क कढ़ाए जा सकदे ने, अंदर तो ये गल चल रही है उस मनुख दे कि किन्ने पैसे पाए ने दी जेब दे विच, किन्ने क मैं कढ़ा सकदा वां, कोई ऐसा कर्मकांड कोई ऐसी इहनूं मैं ट्रिक दसां जो ये करन लग जावे ते अपनी जेब जिहड़ी है वह खाली कर देवे। उन्हूं कोई सच का उपदेश नहीं दिता जा रहा उस सामने वाले बंदे नूं, ये कह रहे हैं मैं धर्मी हाँ, धार्मिक पहरावा सो कॉल्ड धार्मिक पहरावा इन्हें पाया होया है, पर उन्हूं कोई चज की गल नहीं दसता पिया, उन्हूं कोई सियाणी गल नहीं दसता पिया, उन्हूं गुणा की गल नहीं समझा रहा,
ਉਹਨੂੰ ਸੱਚੇ ਗਿਆਨ ਦੀ ਗੱਲ ਨਹੀਂ ਸਮਝਾਉਂਦਾ ਪਿਆ, ਬਸ ਵਹਿਮਾਂ ਭਰਮਾਂ ਦੇ ਵਿੱਚ ਪਾ ਕੇ ਉਹਦਾ ਬੇੜਾ ਗਰਕ ਕਰਨ ਵਾਲੇ ਪਾਸੇ ਨੂੰ ਤੁਰਿਆ ਹੋਇਆ। ਕਹਿੰਦੇ ਨੇ ਦਿਲ ਵਿੱਚ ਕੈਂਚੀ ਹੈ, ਮੁੱਖ ਤੋਂ ਜਿਹੜੀਆਂ ਗੱਲਾਂ ਨੇ ਉਹ ਗੁੜ ਵਰਗੀਆਂ ਮਿੱਠੀਆਂ ਨੇ, ਬਾਹਰ ਦਿਸੇ ਚਾਨਣਾ। ਕਹਿੰਦੇ ਬਾਹਰੋਂ ਕੋਈ ਵੇਖੇਗਾ ਨਾ ਅਤੇ ਆਖੇਗਾ ਵੇਖੋ ਜੀ ਕਿੱਡਾ ਵਧੀਆ ਇਨਸਾਨ ਹੈ, ਬਾਹਰੋਂ ਦੀ ਬੜਾ ਚਾਨਣ ਨਜ਼ਰ ਆਉਂਦਾ ਪਿਆ ਹੈ, ਬਾਹਰੋਂ ਦੀ ਬੜਾ ਵਧੀਆ ਨਜ਼ਰ ਆ ਰਿਹਾ ਹੈ, ਕਿੱਡਾ ਧਾਰਮਿਕ ਹੈ ਜੀ ਇਹ ਫਲਾਣਾ ਬੰਦਾ, ਬਾਹਰ ਦਿਸੇ ਚਾਨਣਾ। ਪਰ ਅੱਗੇ ਇਹ ਗੱਲ ਕਹਿੰਦੇ ਨੇ ਦਿਲ ਅੰਧਿਆਰੀ ਰਾਤ, ਪਰ ਦਿਲ ਦੇ ਵਿੱਚ ਕੀ ਹੈ ਹਨੇਰਾ ਜਿਹੜਾ ਹੈ ਨਾ ਉਹ ਛਾਇਆ ਹੋਇਆ ਹੈ। ਦਿਲ ਦੇ ਵਿੱਚ ਇਹ ਵਿਚਾਰ ਹੈ ਕਿ ਸਾਹਮਣੇ ਵਾਲੇ ਨੂੰ ਲੁੱਟਿਆ ਜਾਵੇ ਅਤੇ ਲੁੱਟ ਕੇ ਇਹਦਾ ਸਭ ਕੁਝ ਮੈਂ ਇਕੱਠਾ ਕਰ ਲਵਾਂ। ਅਤੇ ਐਸੇ ਬਹੁਤਾਤ ਗਿਣਤੀ ਦੇ ਅੰਦਰ ਲੋਕ ਜਿਹੜੇ ਨੇ ਉਹ ਤੁਹਾਨੂੰ ਇਸ ਦੁਨੀਆ ਦੇ ਵਿੱਚ ਮਿਲ ਜਾਣਗੇ। ਸਾਡੇ ਕੋਲ ਵਿਵੇਕ ਦੀਆਂ ਅੱਖਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ, ਜਿਨ੍ਹਾਂ ਦੇ ਕੋਲ ਇਹ ਵਿਵੇਕ ਵਾਲੀਆਂ ਅੱਖਾਂ ਹੁੰਦੀਆਂ ਨੇ ਉਹ ਆਪਣੇ ਆਪ ਨੂੰ ਬਚਾ ਲੈਂਦੇ ਨੇ, ਉਹ ਪਰਖ ਕਰ ਲੈਂਦੇ ਨੇ ਕੀ ਸਹੀ ਹੈ ਕੀ ਗਲਤ ਹੈ, ਇਹ ਮਨੁੱਖ ਕਿੰਨਾ ਕੁ ਧਰਮੀ ਹੈ ਅਤੇ ਕਿੰਨਾ ਕੁ ਧਰਮੀ ਨਹੀਂ ਹੈ। ਪਰ ਜਿਨ੍ਹਾਂ ਦੇ ਕੋਲ ਇਹ ਵਿਵੇਕ ਵਾਲੀਆਂ ਅੱਖਾਂ ਨਹੀਂ ਹੁੰਦੀਆਂ ਅਤੇ ਉਹ ਲੋਕ ਜਿਹੜੇ ਨੇ ਅੱਜ ਵੀ ਲੁੱਟੇ ਜਾ ਰਹੇ ਨੇ, ਕੱਲ੍ਹ ਵੀ ਲੁੱਟੇ ਜਾ ਰਹੇ ਸੀਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਲੁੱਟੇ ਜਾਣਗੇ ਹੀ ਜਾਣਗੇ। ਇਸ ਕਰਕੇ ਸਿਆਣੇ ਹੋਣ ਦੀ ਲੋੜ ਹੈ, ਜਿਹੜੇ ਬੰਦੇ ਸਿਆਣੇ ਹੋ ਜਾਂਦੇ ਨੇ ਉਹ ਆਪਣੇ ਆਪ ਨੂੰ ਬਚਾ ਲੈਂਦੇ ਨੇ, ਨਹੀਂ ਤਾਂ ਸਾਰੀ ਦੁਨੀਆ ਜਿਹੜੀ ਹੈ ਉਹ ਲੁੱਟੀ ਹੀ ਜਾ ਰਹੀ ਹੈ। ਆਓ ਇਸ ਕਰਕੇ ਸਿਆਣੇ ਬਣੀਏ ਤਾਂ ਜੋ ਅਸੀਂ ਵੀ ਆਪਣੇ ਆਪ ਨੂੰ ਬਚਾ ਸਕੀਏ। ਧੰਨਵਾਦ।